ਸਸ ਸਵੇਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮੇਡ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਤੇ ਮੈਂ ਹਾਂ ਜੀ ਬਰਨ ਕੌਰ ਮਾਨ ਸਾਰਿਆਂ ਨੂੰ ਜੀ ਆਇਆਂ ਸਵਾਗਤ ਔਰ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ ਸਭ ਤੋਂ ਪਹਿਲੀ ਤੇ ਅਹਿਮ ਖਬਰ ਹੈ ਅਮਰੀਕਾ ਤੇ ਕੈਨੇਡਾ ਦੇ ਨਾਲ ਜੁੜੀ ਹੋਈ ਕੜੀਆਂ ਜਿਹੜੀਆਂ ਨੇ 1 ਘੰਟਾ ਪਿੱਛੇ ਕਰ ਦਿੱਤੀਆਂ ਗਈਆਂ ਨੇ ਅਮਰੀਕਾ ਤੇ ਕੈਨੇਡਾ ਦਾ ਟਾਈਮ ਹੋ ਚੁੱਕਿਆ ਚੇਂਜ 1 ਘੰਟਾ ਕੜੀਆਂ ਪਿੱਛੇ ਹੁਣ ਸਾਰੇ ਸਕੂਲ ਸਰਕਾਰੀ ਦਫਤਰ ਤੇ ਹੋਰ ਵੀ ਕੰਮਕਾਜੀ ਵਾਲੇ ਜਿੰਨੇ ਵੀ ਥਾਂ ਨੇ 1 ਘੰਟਾ ਦੇਰੀ ਦੇ ਹਿਸਾਬ ਦੇ ਨਾਲ ਜਾਨੀ ਕਿ ਨਵੇਂ ਸਮੇਂ ਦੇ ਮੁਤਾਬਕ ਹੀ ਚੱਲਣਗੇ ਸਾਲ ਵਿੱਚ ਦੋ ਵਾਰ ਇਹ ਚੀਜ਼ ਹੁੰਦੀ ਹੈ ਸਾਲ ਵਿੱਚ ਦੋ ਵਾਰ ਇਹ ਚਾ ਟਾਈਮ ਚੇਂਜ ਹੁੰਦਾ ਹੈ ਸੋ ਇਹ ਦਿਨ ਆੜ ਜਿੱਥੇ ਇਹ ਕਮਾਂਗੇ ਕਿ ਨਵੀਂ ਲਾਈਫ ਐਕਸਪੀਰੀਅੰਸ ਕਰਨ ਦਾ ਸਾਨੂੰ ਚਾਂਸ ਮਿਲੇਗਾ ਕਿਉਂਕਿ ਜਦੋਂ ਟਾਈਮ ਚੇਂਜ ਹੋ ਗਿਆ ਵੈਸੇ ਬੜੀ ਅਦਭੁਤ ਚੀਜ਼ ਹੈ ਕੁਦਰਤ ਵੀ ਦੇਖੋ ਕਿਸ ਤਰ੍ਹਾਂ ਟਾਈਮ ਚੇਂਜ ਹੁੰਦੇ ਨੇ ਅੱਗੇ ਪਿੱਛੇ ਔਰ ਜੋ ਇੱਥੋਂ ਦੇ ਮੁਲਕਾਂ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਉਸ ਟਾਈਮ ਦੇ ਮੁਤਾਬਕ ਕੋਆਰਡੀਨੇਟ ਕਰਨਾ ਪਾਏਗਾ ਆਪਣੇ ਰਿਸ਼ਤੇਦਾਰਾਂ ਨਾਲ ਫਰੈਂਡਸ ਦੇ ਨਾਲ ਕਿ ਉਹ ਪੂਰਾ ਧਿਆਨ ਰੱਖਣਗੇ ਇਸ ਵੇਲੇ ਉੱਥੇ ਕਿੰਨੇ ਬੱਚੇ ਹੋਣਗੇ ਬਿਲਕੁਲ ਔਰ ਦੇਖੋ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਵਿੱਚ ਲੋਕ ਹੁੰਦੇ ਹਨ ਉਹਨਾਂ ਨੂੰ ਵੀ ਹੁਣ ਇਹ ਦੇਖਣਾ ਪਿਆ ਕਰਨਾ ਹੁਣ ਇੰਨਾ ਟਾਈਮ ਹੋ ਗਿਆ ਇਧਰ ਕਿਉਂਕਿ ਉਹਨਾਂ ਨੂੰ ਪਹਿਲਾਂ ਟਾਈਮ ਯਾਦ ਹੁੰਦਾ ਫੇਰ ਟਾਈਮ ਚੇਂਜ ਹੋ ਜਾਂਦਾ ਫੇਰ ਟਾਈਮ ਯਾਦ ਨਾ ਹੁੰਦਾ ਫੇਰ ਟਾਈਮ ਚੇਂਜ ਹੋ ਜਾਂਦਾ ਸੋ ਇਸ ਚੀਜ਼ ਦਾ ਹੁਣ ਰੱਖਣਾ ਪੈਗਾ ਖਿਆਲ ਹੁਣ ਹੈ ਮੈਨੂੰ ਖਿਆਲ ਦੂਸਰੀ ਖਬਰ ਦਾ ਤੇ ਦੂਸਰੀ ਖਬਰ ਹੈ ਅਮਰੀਕਾ ਦੇ ਨਾਲ ਜੁੜੀ ਹੋਈ ਸਰਹੱਦਾਂ ਖੁੱਲ ਗਈਆਂ ਨੇ ਕਿਉਂਕਿ 8 ਨਵੰਬਰ ਤੋਂ ਖੁੱਲਣੀਆਂ ਸੀ ਕੈਨੇਡਾ ਦੇ ਵਿੱਚੋਂ ਵੀ ਐਂਟਰੀ ਹੋਣੀ ਸ਼ੁਰੂ ਹੋ ਗਈ ਹੈ ਅਮਰੀਕਾ ਦੇ ਵਿੱਚ ਲੋਕਾਂ ਦੀ ਹੁਣ ਹੋਇਆ ਕੀ ਹੈ ਇੰਨੀ ਜ਼ਿਆਦਾ ਇੱਕਦਮ ਲੋਕਾਂ ਦੀ ਭੀੜ ਵੱਧ ਗਈ ਹੈ ਕਿ ਜਿਹੜੀਆਂ 에ਅਰਲਾਈਨਜ਼ ਆ ਉਹਨਾਂ ਲਈ ਬੁਕਿੰਗ ਕਰਨੀਆਂ ਮੁਸ਼ਕਲ ਹੋ ਗਈਆਂ ਨੇ ਬ੍ਰਿਟਿਸ਼ ਤੋਂ ਵੱਲੋਂ ਤਾਂ 66% ਦੀ ਜਿਹੜੀਆਂ 에ਅਰਲਾਈਨਜ਼ ਆ ਉਹਨਾਂ ਦੀ ਬੁਕਿੰਗ ਵੱਧ ਚੁੱਕੀ ਹੈ ਸੋ ਜਿੱਦਾਂ ਹੀ ਸਰਦਾਂ ਗੁੱਲੀਆਂ ਬਹੁਤ ਸਾਰੇ ਲੋਕਾਂ ਦੀ ਆਮਦ ਹੋਣੀ ਸ਼ੁਰੂ ਹੋ ਗਈ 에ਅਰਲਾਈਨਜ਼ ਲਈ ਹੋ ਗਿਆ ਔਕਾ ਹੋਣਾ ਸੋ ਜੇ ਹੁਣ ਤੁਸੀਂ ਟਿਕਟ ਬੁੱਕ ਕਰਾਉਣੀ ਆ ਸੋ ਪਹਿਲਾਂ ਅਵੇਲੇਬਿਲਿਟੀ ਚੰਗੀ ਤਰ੍ਹਾਂ ਚੈੱਕ ਕਰ ਲਿਓ ਮਤਲਬ ਕਿ ਟੈਚੀ ਪੈਕ ਕਰਨ ਤੋਂ ਪਹਿਲਾਂ ਅਵੇਲੇਬਿਲਿਟੀ ਚੈੱਕ ਕਰਿਓ ਫਿਰ ਟੈਚੀ ਪੈਕ ਕਰਿਓ ਬਿਲਕੁਲ ਜੀ ਕਿਉਂਕਿ 에ਅਰਲਾਈਨਸ ਦਾ ਪਹਿਲਾਂ ਵੀ ਕਹਿੰਦੇ ਸੀ ਸਟਾਫ ਕਟ ਹੈ ਕੋਵਿਡ ਕਰਕੇ ਸਟਾਫ ਕਟ ਹੈ ਤਾਂ ਮੌਸਮ ਦੀ ਖਰਾਬੀ ਦਾ ਵੀ ਪਹਿਲਾਂ ਚੱਲ ਰਿਆ ਸੀ ਨਿਊਜ਼ ਫਿਰ ਵੀ ਲੋਕਾਂ ਚ ਉਤਸ਼ਾਹ ਹੈ ਕਿਉਂਕਿ ਦਰਵਾਜ਼ੇ ਖੁੱਲੇ ਨੇ ਬਹੁਤ देर ਹੋ ਗਈ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ ਹੋਏ ਬਹੁਤ देर ਹੋ ਗਈ ਹੈ ਕੈਸੀ ਕਰੋ ਬਾਹਰ ਨਹੀਂ ਨਿਕਲੇ ਸੀ ਘੁੰਮਣ ਨਹੀਂ ਗਏ ਇਸ ਕਰਕੇ ਬਹੁਤ ਜ਼ਿਆਦਾ ਬੁਕਿੰਗ ਹੈ ਤਾਂ ਜ਼ਾਹਿਰ ਤੌਰ ਤੇ ਬੁਕਿੰਗ ਕਰਨ ਵਾਲੇ ਜੋ ਉੱਥੇ ਕਰਮਚਾਰੀ ਨੇ ਉਹਨਾਂ ਨੂੰ ਮੁਸ਼ਕਿਲ ਤੇ ਆਏਗੀ ਪਰ ਲੋਕਾਂ ਦਾ ਉਤਸ਼ਾਹ ਵੇਖਣ ਨੂੰ ਮਿਲਦਾ ਹੈ ਅਸੀਂ ਹੋਪ ਕਰਦੇ ਹਾਂ ਕਿ ਇਹਦੇ ਨਾਲ ਇਕਨੋਮੀ ਅੱਛੀ ਹੋਏਗੀ ਅ ਪਾਰਟਵੇ ਵਾਸਤੇ ਬਦਿਆ ਹੋ ਜਾਏਗੀ ਇਹਦੇ ਨਾਲ ਬਿਜ਼ਨਸ ਅੱਗੇ ਵਧੇਗਾ ਤੇ ਲੋਕਾਂ ਦੀਆਂ ਜਿਹੜੀਆਂ ਮੀਟਿੰਗਸ ਨੇ ਜਿਵੇਂ ਹੁਣ ਉਹ ਜਾ ਰਹੇ ਨੇ ਸਾਰੇ ਜਣੇ ਮਿਲਣ ਤਾਂ ਨਹੀਂ ਜਾ ਰਹੇ ਹੋਣਗੇ ਕੁਝ ਲੋਕ ਬਿਜ਼ਨਸ ਮੀਟਿੰਗਸ ਵਾਸਤੇ ਵੀ ਜਾ ਰਹੇ ਹੋਣਗੇ ਕੁਝ ਲੋਕ ਨਵੇਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋਣਗੇ ਸੋ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਇੱਕ ਅੱਛੀ ਮੂਵ ਹੈ ਤਾਂ ਗੱਲ ਉਹ ਹੀ ਹੋਏ ਕਰੋਨਾ ਦੇ ਵਾਸਤੇ ਜੋ ਟੀਕਾਕਰਨ ਹੈ ਉਹ ਪੂਰੀ ਤਰ੍ਹਾਂ ਨਾਲ ਤੁਹਾਡਾ ਹੋਇਆ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਗਵਰਨਮੈਂਟ ਨੇ ਸਾਰੀਆਂ ਇਨਸਟਰਕਸ਼ਨਸ ਜਾਰੀ ਕੀਤੀਆਂ ਨੇ ਇੰਜੈਕਸ਼ਨਸ ਲੱਗੇ ਹੋਣ ਔਰ ਕੋਵਿਡ ਦੀ ਜਿਹੜੀ ਰਿਪੋਰਟ ਹੈ 네ਗੇਟਿਵ ਹੋਵੇ ਅਗਲੀ ਖਬਰ ਹੈ ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੇ ਜਿਹੜਾ ਹਵਾਈ ਅੱਡਾ ਹੈ ਉਹ ਕਾਫੀ ਮਸ਼ਹੂਰ ਹੈ ਪੰਜਾਬੀਆਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਇਹ ਵੀ ਹਮੇਸ਼ਾ ਟਾਈਮ ਟੂ ਟਾਈਮ ਮੰਗ ਉੱਠਦੀ ਰਹੀ ਹੈ ਕਿ ਅਮਰੀਕਾ ਦੇ ਲਈ ਸਿੱਧੀਆਂ ਜਿਹੜੀਆਂ ਫਲਾਈਟਸ ਆ ਕੈਨੇਡਾ ਦੇ ਲਈ ਸਿੱਧੀਆਂ ਫਲਾਈਟਸ ਆ ਉੱਥੋਂ ਸ਼ੁਰੂ ਕੀਤੀਆਂ ਜਾਣ ਫਿਲਹਾਲ ਇੱਕ ਵਾਰੀ ਫਿਰ ਤੋਂ ਮੰਗ ਪੱਤਰ ਵੀ ਦਿੱਤਾ ਗਿਆ ਬਾਰ ਬਾਰ ਦਿੰਦਾ ਜਾਂਦਾ ਹੈ ਸਮੇਂ ਟਾਈਮ ਦੇ ਉੱਤੇ ਮੰਗ ਪੱਤਰ ਪਰ ਹੁਣ ਇਹ ਹੈ ਕਿ Go First Airlines ਨੇ ਸੋ ਜਿਹੜੀ ਇਹ ਫਲਾਈਟਸ ਨੇ ਸ਼ੁਰੂ ਹੋ ਚੁੱਕੀਆਂ ਨੇ ਲੋਕਲ ਫਲਾਈਟਸ Go First ਦੀਆਂ ਆਰ ਅੰਮ੍ਰਿਤਸਰ ਤੋਂ ਦਿੱਲੀ ਅੰਮ੍ਰਿਤਸਰ ਤੋਂ ਬੰਬਈ ਤੇ ਸ਼੍ਰੀਨਗਰ ਦੀ ਇਹ ਫਲਾਈਟਸ ਨੇ ਜਿਸ ਦੇ ਨਾਲ ਫਾਇਦਾ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਪ੍ਰਵਾਸੀ ਭਾਰਤੀਆਂ ਨੂੰ ਵੀ ਹੋਏਗਾ ਕਿਉਂਕਿ ਉਹਨਾਂ ਨੇ ਆਮ ਤੌਰ ਤੇ ਦਿੱਲੀ ਬੰਬਈ ਜੇ ਕਿਤੇ ਜਾਣਾ ਹੁੰਦਾ ਜਾਂ ਸ਼੍ਰੀਨਗਰ ਆਮ ਤੌਰ ਤੇ ਜਦੋਂ ਕਸ਼ਮੀਰ ਲੋਕ ਘੁੰਮਣ ਜਾਂਦੇ ਆ ਪੰਜਾਬੀ ਕਾਫੀ ਜ਼ਿਆਦਾ ਉੱਥੋਂ ਦਾ ਮੌਸਮ ਦੇ ਹਿਸਾਬ ਦੇ ਨਾਲ ਹਨਾ ਸੋ ਉਹਨਾਂ ਦੇ ਲਈ ਵੀ ਇਹ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਜੇ ਇਹ ਫਲਾਈਟਸ ਖੁੱਲ ਰਹੀਆਂ ਨੇ ਤੇ ਨਾਲ ਦੇ ਨਾਲ ਇੱਕ ਚੀਜ਼ ਇਹ ਵੀ ਹੈ ਕਿ ਜੇ ਇਹ ਫਲਾਈਟਸ ਖੁੱਲੀਆਂ ਨੇ ਤਾਂ ਆਮਦ ਵਧੇਗੀ ਸੋ ਉਹ ਨਾਲ ਦੇ ਨਾਲ ਹੈ ਨਾ ਪੰਜਾਬ ਦੇ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਲਈ ਵੀ ਇਹ ਹਵਾਈ ਅੱਡਾ ਅੰਮ੍ਰਿਤਸਰ ਦਾ ਕਾਫੀ ਅਹਿਮ ਭੂਮਿਕਾ ਨਿਭਾ ਦਿੰਦਾ ਹੈ ਬਿਲਕੁਲ ਜੀ ਨੇੜੇ ਪੈਂਦਾ ਹੈ ਇਸ ਕਰਕੇ ਲੋਕ ਜ਼ਿਆਦਾ ਯੂਜ਼ ਕਰਦੇ ਨੇ ਔਰ ਇੰਨੀ ਜ਼ਿਆਦਾ ਫਲਾਈਟਸ ਚਲੂ ਹੋਣ ਤਾਂ ਹੋਰ ਜ਼ਿਆਦਾ ਹੀ ਫਾਇਦੇਮੰਦ ਹੋਏਗਾ ਕਿਉਂਕਿ ਟੂਰਿਜ਼ਮ ਇੰਡਸਟਰੀ ਦਾ ਵੀ ਫਾਇਦਾ ਹੋਣ ਜਾ ਰਿਹਾ ਹੈ ਜਿਸ ਨਾਲ ਜੰਮੂ ਕਸ਼ਮੀਰ ਲੋਕ ਜਾਣਗੇ टूरिज्म इंडस्ट्री अपने आपे च एक खास स्थान रखदी है इकॉनमी ਦੇ ਵਿੱਚ ਕਿਉਂਕਿ ਲੋਕ ਜਿੰਨੇ ਜ਼ਿਆਦਾ ਘੁੰਮਣ ਆਉਣਗੇ ਸੈਲਾਨੀ ਆਉਣਗੇ ਉਹਨਾਂ ਬਿਜ਼ਨਸ ਵਧੇਗਾ ਬਾਹਰੋਂ ਆਣਗੇ ਤਾਂ ਯਾਹਰ ਤੌਰ ਤੇ ਕਿ ਬਾਹਰ ਦੀ ਜੋ ਕਰੰਸੀ ਹੈ ਉਹਦੀ ਵੈਲਿਊ ਦੇ ਮੁਤਾਬਿਕ ਸਾਡੀ ਇੰਡੀਆ ਦੀ ਕਰੰਸੀ ਦੀ ਵੈਲਿਊ ਦੇ ਮੁਤਾਬਿਕ ਇਕਨੋਮੀ ਹੋਰ ਜ਼ਿਆਦਾ ਵਧੀਆ ਹੋ ਸਕਦੀ ਹੈ ਸੋ ਜੋ ਵੀ ਇਹ ਸਾਰੀਆਂ ਫਲਾਈਟਸ ਸ਼ੁਰੂ ਹੋ ਰਹੀਆਂ ਨੇ ਆਫਟਰ ਕੋਵਿਡ ਇਹਦਾ ਸਾਨੂੰ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ ਹੈ ਗੋ ਫਰਸ ਦਾ ਖਾਸ ਕਰਕੇ ਐਪਰੀਸੀਏਸ਼ਨ ਦੇ ਲਾਇਕ ਹੈ ਕਿਉਂਕਿ ਇੰਦਾ ਵੱਡਾ ਸਟੈਪ ਲੈਣ ਜਾ ਰਹੀ ਹੈ ਇਹਨੀਆਂ ਨਵੀਆਂ ਫਲਾਈਟਸ ਸ਼ੁਰੂ ਕਰ ਰਹੀ ਹੈ ਇਹਦੇ ਨਾਲ-ਨਾਲ ਜੇ ਗਵਰਨਮੈਂਟ ਵੱਲੋਂ ਵੀ ਇਨੀਸ਼ੀਏਟਿਵ ਹੋਵੇ ਇਹਨਾਂ ਕੰਪਨੀਆਂਜ਼ ਨੂੰ ਜਿਹੜੀਆਂ ਫਲਾਈਟਸ ਦਿੰਦੀਆਂ ਨੇ ਜਾਂ ਫਲਾਈਟਸ ਦੇ ਵਿੱਚ ਜਿਹੜੇ ਫੇਅਰਸ ਨੇ ਕਿਰਾਏ ਨੇ ਉਹਦੇ ਵਿੱਚ ਵੀ ਥੋੜਾ ਬਹੁਤ ਰਾਹਤ ਮਿਲੇ ਜੇ ਨਾਗਰਿਕਾਂ ਨੂੰ ਜੇ ਕਸਟਮਰਸ ਨੂੰ ਜਿਹੜੇ ਆ ਰਹੇ ਨੇ ਕਲਾਇੰਟਸ ਤਾਂ ਹੋਰ ਵੀ ਜ਼ਿਆਦਾ ਫਾਇਦਾ ਹੋਵੇ ਹੋਰ ਜ਼ਿਆਦਾ ਉਤਸ਼ਾਹ ਦੇ ਨਾਲ ਲੋਕ ਆਉਣਗੇ ਬਿਲਕੁਲ ਅਗਲੀ ਖਬਰ ਅਗਲੀ ਖਬਰ ਹੈ ਕੈਲੀਫੋਰਨੀਆ ਦੇ ਪ੍ਰਾਂਤ ਯੂਬਾਸਿਟੀ ਦੀ ਯੂਬਾਸਿਟੀ ਦਾ ਨਗਰ ਕੀਰਤਨ ਬਹੁਤ ਹੀ ਮਕਬੂਲ ਨਗਰ ਕੀਰਤਨ ਹੈ ਔਰ ਦਾ ਪੰਜਾਬ ਦੇ ਵਿੱਚ ਨਗਰ ਕੀਰਤਨ ਨੂੰ ਲੈ ਕੇ ਇੱਕ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਯੂਬਾ ਸਿਟੀ ਦਾ ਜਿਹੜਾ ਨਗਰ ਕੀਰਤਨ ਹੈ ਇੱਕ ਮੋਸਟ ਅਵੇਟਡ ਨਗਰ ਕੀਰਤਨ ਹੁੰਦੇ ਨੇ ਜਿੱਥੇ ਹੁੰਦਾ ਕਿ ਸਾਰੀਆਂ ਸੰਗਤਾਂ ਸ਼ਿਰਕਤ ਕਰਨ ਪਹੁੰਚਣ ਸੋ ਉਹ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋ ਗਿਆ ਸੰਜੀਪ ਜੀ ਸਭ ਤੋਂ ਖਾਸ ਗੱਲ ਮਤਲਬ ਹਰ ਪੁਆਇੰਟ ਹੀ ਖਾਸ ਹੁੰਦਾ ਨਗਰ ਕੀਰਤਨ ਦਾ ਪਰ ਪੰਜਾਬੀ ਲੱਸੀ ਦੇ ਸਟਾਲ ਲੱਗੇ ਗੰਨੇ ਦੇ ਰਸ ਦੇ ਸਟਾਲ ਲੱਗੇ ਤੋ ਕਿੰਨੇ ਜ਼ਿਆਦਾ ਵਧੀਆ ਤਰੀਕੇ ਨਾਲ ਪੰਜਾਬੀ ਕਲਚਰ ਦੇ ਨਾਲ ਜੁੜੀਆਂ ਹੋਈਆਂ ਝਾਕੀਆਂ ਵੀ ਉੱਥੇ ਸਜਾਈਆਂ ਗਈਆਂ ਸਿੱਖੀ ਜ਼ਮ ਦੇ ਨਾਲ ਇਹ ਬਹੁਤ ਹੀ ਮਤਲਬ ਵਿਦੇਸ਼ਾਂ ਚ ਰਹਿੰਦੇ ਹੋਏ ਇਹ ਸਾਰਾ ਕੁਝ ਵੇਖਣ ਨੂੰ ਮਿਲਣਾ ਆਪਣੇ ਆਪ ਚ ਬੰਦੇ ਨੂੰ ਇਦਾਂ ਲੱਗਦਾ ਹੈ ਕਿ ਆਤਮਾ ਤ੍ਰਿਪਤ ਹੋ ਗਈ ਬਿਲਕੁਲ ਜੀ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਕਿ ਸ਼ਾਨੋ ਸ਼ੌਕਤ ਉਹਦੇ ਵਿੱਚ ਸਿੰਪਲੀਸਿਟੀ ਹੈ सिम्प्लीसिटी ही ਸਾਡੀ ਸ਼ਾਨੋ ਸ਼ੌਕਤ ਹੈ ਕਿਉਂਕਿ ਅਕਸਰ ਕਹਿੰਦੇ ਨੇ ਕਿ ਸਾਦਗੀ ਮੇਂ ਕਿਆ ਮਜ਼ਾ ਹੈ ਸ਼ੌਖੀਓਂ ਕੋ ਕਿਆ ਪਤਾ ਹੈ ਇੱਕ ਸ਼ੇਰ ਬੋਲਿਆ ਜਾਂਦਾ ਹੈ ਵਾਕਈ ਸ਼ੌਖੀਆਂ ਨੂੰ ਨਹੀਂ ਪਤਾ ਕਿ ਸਾਦਗੀ ਦੀ ਮਜ਼ਾ ਹੁੰਦਾ ਹੈ ਨਗਰ ਕੀਰਤਨ ਹਮੇਸ਼ਾ ਸਾਦਗੀ ਨੂੰ ਸਮਰਪਿਤ ਹੈ ਪੰਜਾਬੀ ਲੱਸੀ ਦੇ ਸਟਾਲ ਲੱਗੇ ਨੇ ਗੰਨੇ ਦੇ ਰਸ ਦੇ ਸਟਾਲ ਲੱਗੇ ਨੇ ਔਰ ਅਸੀਂ ਜਾਣੇ ਜਾਂਦੇ ਆ ਪੰਜਾਬੀ ਛਬੀਲਾ ਲੱਗਦੀਆਂ ਨੇ ਇਹ ਪੰਜਾਬ ਦਾ ਹੀ ਕਲਚਰ ਹਰ ਥਾਂ ਦੇ ਉੱਤੇ ਛਬੀਲਾ ਦਾ ਕਲਚਰ ਗਿਆ ਹੈ ਨਾਲ ਦੀ ਨਾਲ ਬਾਬਾ ਨਾਨਕ ਦਾ ਲੰਗਰ ਜੋ ਹਰ ਵਕਤ ਹਰ ਥਾਂ ਤੇ ਲੱਗਦਾ ਹੈ ਕਿਤੇ ਕਿਸੇ ਨੂੰ ਲੋੜ ਹੋਵੇ ਉੱਥੇ ਵੀ ਅਸੀਂ ਪਹੁੰਚਦੇ ਹਾਂ ਖੁਸ਼ੀਆਂ ਵਿੱਚ ਵੀ ਪਹੁੰਚਦੇ ਹਾਂ ਦੁੱਖ ਦਰਦ ਵਿੱਚ ਵੀ ਨਾਲ ਖੜੇ ਹੁੰਦੇ ਹਾਂ ਸੋ ਇਹ ਸੰਦੇਸ਼ ਜੋ ਪੰਜਾਬ ਦੀ ਧਰਤੀ ਤੋਂ ਜਾਂਦਾ ਹੈ ਪੂਰੇ ਵਿਸ਼ਵ ਨੂੰ ਇਹ ਇੱਕ ਖਾਸ ਸੰਦੇਸ਼ ਹੈ ਸੋ ਸਾਡੇ ਸਾਰਿਆਂ ਵਾਸਤੇ ਇਹ ਸੁਖਾਵਾਂ ਮਾਹੌਲ ਹੈ ਸੁਖਾਵੀ ਖਬਰ ਹੈ ਕਿ ਨਗਰ ਕੀਰਤਨ ਆਪਣੇ ਪੂਰੇ ਸਾਦਗੀ ਦੇ ਨਾਲ ਸੰਪੰਨ ਹੋਇਆ ਤੇ ਜਿੰਨਾ ਕਦਰਾਂ ਕੀਮਤਾਂ ਦੀ ਗੱਲ ਗੁਰੂ ਬਾਬਾ ਕਹਿੰਦੇ ਨੇ ਉਨ੍ਹਾਂ ਦੇ ਮੁਤਾਬਿਕ ਅਸੀਂ ਸਾਰਾ ਸੰਪੂਰਨ ਕੀਤਾ ਸੰਪੰਨ ਕੀਤਾ ਅਗਲੀ ਖਬਰ ਪੰਜਾਬ ਤੋਂ ਕਿ ਪੰਜਾਬ ਵਿਧਾਨ ਸਭਾ ਦਾ ਜੋ ਵਿਸ਼ੇਸ਼ ਇਸ ਲਾਸ ਬੁਲਾਇਆ ਗਿਆ ਸੀ ਵੀਰਵਾਰ ਤੱਕ ਉਹਨੂੰ ਪੋਸਟਪੋਨ ਕੀਤਾ ਗਿਆ ਮੁਲਤਵੀ ਕਰ ਦਿੱਤਾ ਗਿਆ ਹੈ ਸੋ ਉੱਥੇ ਜੋ ਸਭ ਇਕੱਠੇ ਹੋਏ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਫਿਰ ਕਈ ਕਾਰਨਾ ਕਰਕੇ ਉਹ ਮੁਲਤਵੀ ਕਰਨਾ ਪਿਆ ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਮੁੱਦੇ ਨੇ ਪੰਜਾਬੀ ਇਲੈਕਸ਼ਨਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਉੱਠੇ ਮੁੱਦੇ ਨੇ ਕਿਸਾਨੀ ਦਾ ਮੁੱਦਾ ਹੈ ਬੀਐਸਐਫ ਦਾ ਮੁੱਦਾ ਹੈ ਇਨ੍ਹਾਂ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਹੋਏਗੀ ਬੇਅਦਬੀ ਦਾ ਵੀ ਮੁੱਦਾ ਹੈ ਡਰੱਗਸ ਦਾ ਵੀ ਮੁੱਦਾ ਹੈ ਮੁੱਦੇ ਤਾਂ ਬਹੁਤ ਜ਼ਿਆਦਾ ਨੇ ਪਰ ਨਾਉ ਦੇਖ ਸੀਰੀਅਸ ਡਿਸਕਸ਼ਨ ਹੋਏਗੀ ਤਾਂ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਨਤੀਜੇ ਤਸੀ ਜ਼ਰੂਰ ਪਹੁੰਚੀਏ ਜੀ ਬਿਲਕੁਲ ਔਰ 9 ਤੇ 10 ਨਵੰਬਰ ਦੀ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਵਿਧਾਨ ਸਭਾ اجلاس ਦੇ ਵਿੱਚ 11 ਨਵੰਬਰ ਤੋਂ ਦੁਬਾਰਾ ਸ਼ੁਰੂ ਹੋਏਗਾ ਮੁਲਤਵੀ ਕਰਨ ਦੇ ਕਾਰਨ ਹਲੇ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਹੋ ਸਕੇ ਪਰ ਇੰਨਾ ਜ਼ਰੂਰ ਹੈ ਕਿ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਕੈਪਟਨ ਅਮਨਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਇਸ ਦੇ ਵਿੱਚ ਹਿੱਸਾ ਨਹੀਂ ਲੈਣਗੇ ਇਸ ਵਾਰੀ ਸੋ ਦੇਖੋ ਕੀ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਹੁੰਚਦੇ ਨੇ ਜਾਂ ਨਹੀਂ ਪਹੁੰਚਦੇ ਬਿਜਲੀ ਦਾ ਮੁੱਦਾ ਹੋਏਗਾ ਉਸ ਦੇ ਵਿੱਚ ਬੇਅਦਵੀ ਦਾ ਮੁੱਦਾ ਹੋਏਗਾ ਤੋਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਹੈ ਸੋ ਦੇਖਦੇ ਹਾਂ ਇਸ ਵਿਧਾਨ ਸਭਾ اجلاس ਦਾ ਕੀ ਸਿੱਟਾ ਨਿਕਲਦਾ ਹੈ ਬਿਲਕੁਲ ਜੀ ਉਮੀਦ ਇਹੀ ਕਰਨੀ ਚਾਹੀਦੀ ਹੈ ਕਿ ਸੀਰੀਅਸ ਡਿਸਕਸ਼ਨ ਹੋਵੇ ਕਿਉਂਕਿ ਬਹੁਤ ਹੋ ਗਿਆ ਇਹ ਨਿਕ ਦੇਣਾ ਪਹ ਲਟਕਾਵਾਂਗੇ ਨਾ ਬੁੱਧਿਆ ਨੂੰ ਇਸ ਕਰਕੇ ਕਿਉਂਕਿ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ ਕਿ ਇੱਕ ਸਹੀ ਰਾਹ ਦੇ ਉੱਤੇ ਸਾਡਾ ਸਭ ਕੁਝ ਚੱਲੇ ਸਾਡਾ ਪ੍ਰਾਂਤ ਸਾਡਾ ਪੰਜਾਬ ਸਹੀ ਰਾਹ ਦੇ ਉੱਤੇ ਜਾਏ ਸਭ ਤਰੱਕੀ ਕਰਨ ਸਭ ਨੂੰ ਮੌਕੇ ਮਿਲਣ ਰੋਜ਼ਗਾਰ ਦੇ ਸਭ ਨੂੰ ਮੌਕੇ ਮਿਲਣ ਤਰੱਕੀ ਕਰਨ ਦੇ ਇੱਕ ਵਧੀਆ ਸਟੈਂਡਰਡ ਆਫ ਲਿਵਿੰਗ ਹੋਵੇ ਹਰ ਬੰਦਾ ਇਸ ਦਾ ਇੰਤਜ਼ਾਰ ਕਰ ਰਿਹਾ ਹੈ ਇਸ ਕਰਕੇ ਇਸ ਇਜਲਾਸ ਦਾ ਜੋ ਵੀ ਨਤੀਜਾ ਨਿਕਲੇ ਸਕਾਰਾਤਮਕ ਹੋਵੇ ਇਸ ਦੀ ਅਸੀਂ ਮੰਸ਼ਾ ਰੱਖਦੇ ਹਾਂ ਸਾਰੇ ਹੀ ਪੰਜਾਬ ਦੇ ਵਾਸੀ ਅਗਲੀ ਖਬਰ ਵੀ ਪੰਜਾਬ ਦੇ ਨਾਲ ਜੁੜੀ ਹੋਈ ਹੈ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਹਰ ਵਾਰ ਦੀ ਤਰ੍ਹਾਂ ਇੱਕ ਵਾਰੇ ਫਿਰ ਤੋਂ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਔਰ ਆਪਣੇ ਸਟਾਈਲਿਸ਼ ਵੇ ਦੇ ਨਾਲ ਸਾਰਿਆਂ ਦੇ ਸਾਹਮਣੇ ਹਾਜ਼ਰ ਹੋਏ ਕਾਨਫਰੰਸ ਦੇ ਦੌਰਾਨ ਕਈ ਵਾਰੀ ਨਾ ਨਵਜੋਤ ਸਿੰਘ ਸਿੱਧੂ ਹੁਣੀ ਇਦਾਂ ਦੇ ਸਟਾਈਲ 'ਚ ਗੱਲ ਕਰਦੇ ਆ ਮੈਂ ਦੇਖਦੀ ਹੁੰਨੀ ਆ ਕੀ ਹੋ ਰਿਹਾ ਹੈ ਜਿੱਦਾਂ ਇੱਕ ਦਿਨ ਉਹ ਕਹਿ ਰਹੇ ਸੀਗੇ ਕਿ ਅਸੀਂ ਇੱਕ ਮੁੱਖ ਮੰਤਰੀ ਲਾਇਆ ਦੂਜਾ ਲਾਇਆ ਇੱਕ ਲਾਇਆ ਦੂਜਾ ਲਾਇਆ ਤੋ ਉਸ ਵਰਡ ਦੀ ਜਿਹੜੀ ਖੇਡ ਹੈ ਉਸ ਨੂੰ ਉਹ ਖੇਡ ਰਹੇ ਸੀ ਮੀਡੀਆ ਦੇ ਨਾਲ ਪਰ ਬੜੇ ਹੀ ਡਰਾਮੈਟਿਕ ਵੇ ਦੇ ਵਿੱਚ ਸੋ ਮੈਨੂੰ ਨਹੀਂ ਲੱਗਦਾ ਕਿ ਉੱਥੇ ਸਾਨੂੰ ਕਲਾਕਾਰਾਂ ਦੀ ਜ਼ਰੂਰਤ ਹੈ ਅਦਾਕਾਰਾਂ ਦੀ ਜ਼ਰੂਰਤ ਹੈ ਜਿਹੜੀ ਅਦਾਕਾਰੀ ਉਹ ਇਨਾਂ ਕਾਨਫਰੰਸਸ ਦੇ ਦੌਰਾਨ ਦਿਖਾਉਂਦੇ ਨੇ ਉੱਥੇ ਇੱਕ ਸੀਰੀਅਸ ਟਾਕ ਦੀ ਜ਼ਰੂਰਤ ਹੁੰਦੀ ਹੈ ਮੁੱਦਿਆਂ ਦੀ ਜ਼ਰੂਰਤ ਹੁੰਦੀ ਹੈ ਇੱਕ ਗੱਲ ਕਾਫੀ ਮਕਬੂਲ ਹੈ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਇਮਾਨਦਾਰ ਨੇ ਪਰ ਇੱਕ ਗੱਲ ਚਲੋ ਮੈਂ ਮੰਨਦੀ ਹਾਂ ਕਿ ਜ਼ਰੂਰਤ ਤੋਂ ਜ਼ਿਆਦਾ ਇਮਾਨਦਾਰ ਨੇ ਪਰ ਰੌਲਾ ਵੀ ਬਹੁਤ ਪਾਉਂਦੇ ਆ ਸਿੱਟੇ ਸੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਵੀ ਉਹਨਾਂ ਨੇ ਪਹਿਲਾਂ ਕੁਝ ਦਿਨ ਸਿੱਧੇ ਨਿਸ਼ਾਨੇ ਸਾਧਦੇ ਸੀ ਕਾਫੀ ਕੜਵੇ ਬੋਲ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਦੇ ਲਈ ਬੋਲੇ ਸੀ ਜੋ ਸ਼ੋਭਾ ਨਹੀਂ ਦਿੰਦੇ ਤੇ ਹੁਣ ਉਹਨਾਂ ਨੇ ਸੀਐਮ ਚੰਨੀ ਦੇ ਉੱਤੇ ਵੀ ਦੁਬਾਰਾ ਨਿਸ਼ਾਨੇ ਸਾਧਦੇ ਨੇ ਬਿਲਕੁਲ ਨਵਜੂਦ ਸਿੱਧੂ ਜੀ ਇਸ ਗੱਲ ਕਰਕੇ ਜਾਣੇ ਜਾਂਦੇ ਨੇ ਹਮੇਸ਼ਾ ਉਹਨਾਂ ਨੇ ਖਲੇਰਾ ਪਾਉਣਾ ਡਰਾਮਾ ਕਰਨਾ ਹੈ ਹਮੇਸ਼ਾ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਏਗੀ ਪਰ ਉਹ ਜੋ ਨਿਕਲੇਗਾ ਕਿ ਕਈ ਵਾਰ ਤਾਂ ਕਈ ਲੋਕ ਕਹਿੰਦੇ ਨੇ ਕਿ ਜੋੜੀ ਇਹ ਪ੍ਰੈਸ ਕਾਨਫਰੰਸ ਹੋਈ ਹੈ ਇਹਦੇ ਵਿੱਚ ਕੀ ਗੱਲਬਾਤ ਹੋਈ ਹੈ ਜੇ ਰੱਬ ਦਾ ਵਾਸਤਾ ਤੁਹਾਨੂੰ ਕਿਸੇ ਨੂੰ ਸਮਝ ਆਈ ਹੋਵੇ ਤਾਂ ਮੈਨੂੰ ਵੀ ਸਮਝਾ ਦਿਓ ਲਾਇਆ ਸੀ ਲਾਇਆ ਸੀ ਲਾਇਆ ਸੀ ਲਾਇਆ ਸੀ ਉਹ ਇਹ ਸਭ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਸੋ ਡਰਾਮਾ ਕ੍ਰੀਏਟ ਕਰਨਾ ਤਾਂ ਉਹਨਾਂ ਦਾ ਸਟਾਈਲ ਹੈ ਹਰ ਇੱਕ ਨੂੰ ਪਤਾ ਹੈ ਟੈਲੀਵਿਜ਼ਨ ਸ਼ੋਜ਼ ਦੇ ਵਿੱਚ ਆਉਂਦੇ ਰਹੇ ਨੇ ਸ਼ਾਇਦ ਉਸੇ ਦਾ ਹੀ ਨਸ਼ਾ ਹੈ ਉਸੇ ਦੀ ਆਦਤ ਪੈ ਚੁੱਕੀ ਹੈ ਪਰ ਜਦੋਂ ਆਪਾਂ ਕੈਨੇਡਾ ਕੇ ਪੋਲਿਟਿਕਸ ਦੀ ਗੱਲ ਹੋ ਰਹੀ ਹੈ ਪਬਲਿਕ ਦੇ ਸਾਹਮਣੇ ਅਸੀਂ ਆਏ ਹਾਂ ਰੀਅਲ ਲਾਈਫ ਵਿੱਚ ਆਇਆ ਰੀਅਲ ਲਾਈਫ ਤੋਂ ਜਦੋਂ ਰੀਅਲ ਲਾਈਫ ਚ ਆਇਆ ਤਾਂ ਲੋਕੀ ਕੁਝ ਸੰਜੀਦਗੀ ਮੰਗਦੇ ਨੇ ਸੀਰੀਅਸਨੈਸ ਮੰਗਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਨੇਤਾ ਹੈ ਸਾਡੇ ਸਾਹਮਣੇ ਇਹ ਕਿੰਨਾ ਸੀਰੀਅਸ ਹੈ ਸਾਡੇ ਮੁੱਦਿਆਂ ਨੂੰ ਲੈ ਕੇ ਇਹ ਸਾਨੂੰ ਐਂਟਰਟੇਨ ਕਰ ਰਿਹਾ ਹੈ ਕਿ ਵਾਕਈ ਸਾਡੇ ਬਾਰੇ ਸੰਜੀਦਾ ਹੈ ਸਾਡੇ ਬਾਰੇ ਸੋਚ ਰਿਹਾ ਹੈ ਤਾਂ ਇਸ ਕਰਕੇ ਕੀ ਹੈ ਕਿ ਉਹਨਾਂ ਨੂੰ ਥੋੜਾ ਸਟਾਈਲ ਆਪਣਾ ਚੇਂਜ ਕਰਨਾ ਪਏਗਾ ਇਹ ਲੋਕ ਉਹਨਾਂ ਨੂੰ ਡਰਾਮੇਬਾਜ਼ ਕਹਿੰਦੇ ਪੈਨੇ ਤੇ ਇਹ ਸਾਰੇ ਜਾਣਦੇ ਹੋ ਵੱਡੇ ਵੱਡੇ ਪੋਲੀਟੀਕਲ ਲੀਡਰਸ ਦੀਆਂ ਸਟੇਟਮੈਂਟਸ ਵਿੱਚ ਆਉਂਦੇ ਨੇ ਕਿ ਇਹ ਡਰਾਮਾ ਕ੍ਰੀਏਟ ਕਰਦੇ ਨੇ ਪ੍ਰੈਸ ਕਾਨਫਰੈਂਸ ਦੇ ਵਿੱਚ ਬੜੀ ਸ਼ੇਰ ਹੋ ਸ਼ਾਇਰੀ ਹੋਏਗੀ ਵੱਡੀਆਂ ਵੱਡੀਆਂ ਗੱਲਾਂ ਹੋਣਗੀਆਂ ਔਰ ਵੱਡੇ ਵੱਡੇ ਵਾਅਦੇ ਹੋਣਗੇ ਬਹੁਤ ਵਧੀਆ ਗੱਲ ਹੈ ਪਰ ਗੱਲ ਫਿਰ ਉੱਥੇ ਆਉਂਦੀ ਹੈ ਕਿ ਪੈਸਾ ਕਿੱਥੋਂ ਆਏਗਾ ਇਹ ਸੀਰੀਅਸ ਇਸ਼ੂ ਹੈ ਕਿ ਪੰਜਾਬ ਦਾ ਤੁਸੀਂ ਇੰਨਾ ਕੁਝ ਕਰਨਾ ਚਾਹੁੰਦੇ ਹੋ ਇੰਨਾ ਵਿਕਾਸ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਸੋਰਸਸ ਕਿਨੇ ਇਸ ਕਰਕੇ ਸੀਰੀਅਸਨੈਸ ਪਬਲਿਕ ਚਾਹੁੰਦੀ ਹੈ ਕਿਉਂਕਿ ਪਬਲਿਕ ਨੇ ਬਹੁਤ ਪੁਗਤ ਲਿਆ ਹੈ ਬਹੁਤ ਐਂਟਰਟੇਨਮੈਂਟ ਹੋ ਗਈ ਹੁਣ ਕੁਝ ਸੀਰੀਅਸ ਗੱਲ ਕੀਤੀ ਜਾਏ ਤੇ ਹੁਣ ਅਗਲੀ ਸੀਰੀਅਸ ਗੱਲ ਕਰਨੀ ਸੀ ਮੈਂ ਖਬਰ ਪਰ ਮੈਨੂੰ ਲੱਗਾ ਕਿ ਇਸ ਗੱਲ ਦੇ ਨਾਲ ਇਹ ਗੱਲ ਜੁੜਦੀ ਹੈ ਕਿਤੇ ਕਿਤੇ ਜੁੜਦੀ ਹੈ ਗੱਲ ਡਰਾਮਿਆਂ ਦੀ ਹੋ ਰਹੀ ਹੈ ਤੇ ਕੱਲ ਦੀ ਇੱਕ ਬੜੀ ਖਬਰ ਮਕਬੂਲ ਹੋ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੇ ਫੁੱਟਬਾਲ ਖੇਡਿਆ ਪਹਿਲਾਂ ਤਾਂ ਇਹ ਖਬਰ ਚੱਲ ਰਹੀ ਸੀਗੀ ਕਿ ਚਰਨਜੀਤ ਸਿੰਘ ਚੰਨੀ ਹੋਣਾ ਨੇ ਹਾਕੀ ਖੇਡੀ ਪਰਗਟ ਸਿੰਘ ਦੇ ਨਾਲ ਹੁਣ ਕਹਿੰਦੇ ਨੇ ਕਿ ਜਿੱਦਾਂ ਹੀ ਚੰਨੀ ਸਾਹਿਬ ਦੀ ਹਾਕੀ ਖਤਮ ਹੋਈ ਐ ਸੁਖਬੀਰ ਬਾਦਲ ਹੋਣਾ ਦਾ ਫੁੱਟਬਾਲ ਸ਼ੁਰੂ ਹੋ ਗਿਆ ਔਰ ਸਿੱਧੂ ਸਾਹਿਬ ਪਹਿਲਾਂ ਹੀ ਕ੍ਰਿਕਟ ਖੇਡਦੇ ਰਹੇ ਨੇ ਮੈਨੂੰ ਲੱਗਦਾ ਕਿ ਹੁਣ ਜਿਹੜੀ ਸਾਡੀ ਪੰਜਾਬ ਸਰਕਾਰ ਆ ਖੇਡ ਸਰਕਾਰ ਹੋ ਜਾਣੀ ਹੈ ਵਧੀਆ ਸਪੋਰਟਸ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਫਿਟਨੈਸ ਦੀ ਗੱਲ ਹੋ ਰਹੀ ਹੈ ਖੇਡ ਕੇ ਹੀ ਦਿਖਾਉਂਦੇ ਆ ਪੈਸਾ ਨਹੀਂ ਨਾ ਲਾਉਂਦੇ ਹੋਕੀ ਤੇ ਤਾਂ ਪੈਸਾ ਸਾਰਾ 오ਡੀਸਾ ਸਰਕਾਰ ਲਾਉਂਦੀ ਰਹੀ ਹੈ ਕਿ ਨੈਸ਼ਨਲ ਗੇਮ ਹੈ ਪੰਜਾਬੀ ਖੇਡਦੇ ਨੇ ਹੋਕੀ ਪੰਜਾਬੀਆਂ ਦੀ ਪਛਾਣ ਹੋਕੀ ਤੋਂ ਹੈ ਸੋ ਵਧੀਆ ਹੈ ਸਪੋਰਟਸ ਦੇ ਵਿੱਚ ਆਉਣਾ ਚਾਹੀਦਾ ਹੈ ਸਪੋਰਟਸ ਦੇ ਵਿੱਚ ਫਿਟਨੈਸ ਦੀ ਜ਼ਰੂਰਤ ਹੈ ਔਰ ਇਹਨਾਂ ਲੀਡਰਸ ਨੂੰ ਵੀ ਫਿਟਨੈਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਸੀਰੀਅਸਲੀ ਤਾਂ ਹੀ ਸੋ ਠੀਕ ਹੈ ਫੁੱਟਬਾਲ ਖੇੜਨੇ ਕੋਈ ਲਾਈਟਰ ਸਾਈਡ ਵੀ ਹੋਣੀ ਚਾਹੀਦੀ ਹੈ ਕਿ ਬੰਦਾ ਫੁੱਟਬਾਲ ਵੀ ਖੇੜ ਲੈਂਦਾ ਹੈ ਹਾਕੀ ਵੀ ਖੇੜ ਲੈਂਦਾ ਸ਼ਾਇਦ ਸਿੱਧੂ ਸਾਹਿਬ ਦਾ ਮੁਕਾਬਲਾ ਕਰਨ ਲਈ ਇਸ ਚੀਜ਼ਾਂ ਜ਼ਰੂਰੀ ਨਹੀਂ ਕਿ ਤੁਸੀਂ ਕ੍ਰਿਕਟ ਖੇੜਦੇ ਰਹੇ ਹੋ ਅਸੀਂ ਵੀ ਹਾਕੀ ਖੇੜ ਲੈਂਦੇ ਆ ਅਸੀਂ ਵੀ ਫੁੱਟਬਾਲ ਖੇੜਦੇ ਰਹਿੰਦੇ ਆ ਹੋ ਸਕਦਾ ਹੈ ਅੱਗੇ ਜਾ ਕੇ ਕੋਈ ਲੀਡਰ ਕਬੱਡੀ ਵੀ ਖੇੜੇ ਕੁਸ਼ਤੀ ਵੀ ਹੋਵੇ ਇਹ ਵੀ ਹੋ ਸਕਦਾ ਹੈ ਬਿਲਕੁਲ ਤੇ ਹੁਣ ਕੀ ਹੋ ਸਕਦਾ ਪਤਾ ਨਹੀਂ ਕਿਉਂਕਿ ਜਿੱਦਾਂ ਜਿੱਦਾਂ ਚੋਣਾ ਦਾ ਟਾਈਮ ਨੇੜੇ ਆ ਰਿਹਾ ਇਸ ਵਾਰੀ ਮੈਨੂੰ ਇਦਾਂ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਪਤਾ ਨਹੀਂ ਕਿਹੜੀ ਪਾਰਟੀ ਨੂੰ ਬਹੁਮਤ ਮਿਲੇਗੀ ਸੋ ਇਹਨਾਂ ਸਭ ਚੀਜ਼ਾਂ ਦੇ ਦਰਮਿਆਨ ਗੁਰਨਾਮ ਸਿੰਘ ਚਡੂਨੀ ਹੋਣਾ ਦਾ ਬਿਆਨ ਬਿਲਕੁਲ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਵੀ ਪੂਰੇ ਪੰਜਾਬ ਤੋਂ ਹਰ ਸੀਟ ਤੋਂ ਇਲੈਕਸ਼ਨ ਲੜਨਗੇ ਬਹੁਤ ਵਧੀਆ ਕਿਉਂਕਿ ਲੋਕਾਂ ਦਾ ਸਾਥ ਵੀ ਹੈ ਤੇ ਉਹਨਾਂ ਦਾ ਇੱਕ ਰਾਜਨੀਤਿਕ ਪਲੇਟਫਾਰਮ ਵੀ ਬਣਿਆ ਹੈ ਕਾਫੀ ਵੱਡੀ ਗਰਾਉਂਡ ਬਣਾ ਲਈ ਹੈ ਇਸ ਅੰਦolan ਕਰਕੇ ਜੋ ਕਿਸਾਨ ਦੇ ਆਗੂ ਨੇ ਸੋ ਇੱਕ ਬਹੁਤ ਵਧੀਆ ਮੂਵ ਹੈ ਹੁਣ ਲੋਕ ਕਿੰਨੇ ਕੀ ਸਪੋਰਟ ਕਰਦੇ ਨੇ ਮੈਨੂੰ ਲੱਗਦਾ ਲੋਕਾਂ ਨੂੰ ਕਰਨਾ ਚਾਹੀਦਾ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਿਸਾਨਾਂ ਦੇ ਲਈ ਲੜਦੇ ਨੇ ਕਿਸਾਨਾਂ ਦੇ ਨਾਲ ਨੇ ਔਰ ਉਹਨਾਂ ਦੀ ਪਾਰਟੀ ਕਿਸਾਨਾਂ ਦੀ ਹੀ ਪਾਰਟੀ ਹੋਏਗੀ ਇੱਕ ਤਰੀਕੇ ਨਾਲ ਬਿਲਕੁਲ ਨਹੀਂ ਕਿਸਾਨਾਂ ਦੀ ਪਾਰਟੀ ਹੈ ਔਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਜੇ ਇਹ ਸੱਤਾ ਚਾਹੁੰਦੇ ਨੇ ਤਾਂ ਕਿਸਾਨੀ ਬਹੁਤ ਵਧੀਆ ਰੂਪ ਦੇ ਵਿੱਚ ਸਾਹਮਣੇ ਆਏਗੀ ਸੱਚੀ ਸੱਚੀ ਇਹਨਾਂ ਕੋਲ ਅੰਡਰਸਟੈਂਡਿੰਗ ਹੈ ਕਿ ਕਿਸਾਨੀ ਨੂੰ ਸਮਝਦੇ ਨੇ ਖੁਦ ਕਿਸਾਨ ਨੇ ਇਹ ਇਹ ਵੀ ਇੱਕ ਗੱਲ ਸਾਹਮਣੇ ਆਈ ਸੀ ਕਿ ਐਗਰੀਕਲਚਰ ਵਾਸਤੇ ਬਜਟ ਬਿਲਕੁਲ ਅਲੱਗ ਬਣਨਾ ਚਾਹੀਦਾ ਹੂੰ ਜਿੱਦਾਂ ਸਿਹਤ ਸੇਵਾਵਾਂ ਵਾਸਤੇ ਬਣਦਾ ਹੈ ਐਜੂਕੇਸ਼ਨ ਵਾਸਤੇ ਬਣਦਾ ਹੈ ਐਗਰੀਕਲਚਰ ਵਾਸਤੇ ਵੀ ਇੱਕ ਖਾਸ ਬਜਟ ਵੱਖਰਾ ਬਜਟ ਹੋਣਾ ਚਾਹੀਦਾ ਹੈ ਔਰ ਇੱਕ ਗੱਲ ਅਪਾ ਬਾਰ-ਬਾਰ ਕਹਿੰਨੇ ਹਾਂ ਕਿ ਸਿਰਫ ਕਿਸਾਨ ਹੀ ਐਸਾ ਹੈ ਜੋ ਆਪਣੀ ਫਸਲ ਦਾ ਮੁੱਲ ਖੁਦ ਤੈਅ ਨਹੀਂ ਕਰ ਸਕਦਾ ਬਾਕੀ ਸਾਰੇ ਵਪਾਰੀ ਸਾਰੇ ਦੁਕਾਨਦਾਰ ਆਪਣੀ ਚੀਜ਼ ਦਾ ਆਪਣੀ ਪ੍ਰੋਡਕਟ ਦਾ ਮੁੱਲ ਖੁਦ ਤੈਅ ਕਰਦੇ ਨੇ ਅਨਕੀਆਂ ਨਿੱਕੀਆਂ ਫਰੋਕਾਂ 2 2 3 3000 ਦੀਆਂ ਵਿਕਦੀਆਂ ਬੱਚਿਆਂ ਦੀਆਂ ਤੁਹਾਨੂੰ ਸ਼ੂਜ਼ ਦਾ ਸ਼ੌਕ ਹੈ ਹੁਣ ਸ਼ੂਜ਼ ਦੇਖੋ ਕਿੰਨੇ ਮਹਿੰਗੇ ਆ ਮਿਲਦੇ ਨੇ ਸੋ ਕਿਸਾਨ ਜਿਹੜਾ ਹੈ ਉਹ ਕਣਕ ਦਾ ਮੁੱਲ ਖੁਦ ਤੈਅ ਨਹੀਂ ਕਰੇਗਾ ਉਹ ਦੂਸਰੇ ਲੋਕ ਤੈਅ ਕਰਨਗੇ ਆਪਣੀ ਫਸਲ ਦਾ ਮੁੱਲ ਜੇ ਕਿਸਾਨ ਖੁਦ ਤੈਅ ਕਰੇ ਤਾਂ ਇਹ ਵੀ ਇੱਕ ਅੱਛੀ ਮੂਵ ਹੋ ਸਕਦੀ ਹੈ ਬਿਲਕੁਲ ਔਰ ਗੁਰਨਾਮ ਸਿੰਘ ਚੜੂਨੀ ਹੋਣੀ ਜਿਹੜੇ ਆ ਹਰ ਟਾਈਮ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਆ ਆਮ ਜ਼ਿਮੀਦਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਸਾਰੀ ਜਾਣਕਾਰੀ ਹੈ ਸੋ ਜ਼ਰੂਰੀ ਹੈ ਕਿ ਇਦਾਂ ਦੀ ਸਰਕਾਰ ਆਉਣੀ ਜਿਹੜੀ ਔਰ ਮੈਂ ਕਹਿੰਨੀ ਹੈ ਜਿਹੜੇ ਮੰਤਰੀ ਵੀ ਲੱਗਦੇ ਹਨ ਜਿਦਾਂ ਹੁਣ ਸਿੱਖਿਆ ਮੰਤਰੀ ਜੇ ਬਣਿਆ ਉਹਨਾਂ ਨੇ ਖੁਦ ਸਿੱਖਿਆ ਦੇ ਖੇਤਰ ਚ ਕੰਮ ਕੀਤਾ ਹੋਵੇ ਸਿਹਤ ਮੰਤਰੀ ਨੇ ਖੁਦ ਡਾਕਟਰੀ ਦੇ ਮਤਲਬ ਕਿ ਕੰਮ ਕੀਤਾ ਹੋਵੇ ਸੋ ਇਹ ਚੀਜ਼ਾਂ ਜ਼ਰੂਰੀ ਹੈ ਅੱਜ ਮੈਂ ਅਖਬਾਰ ਦੇ ਵਿੱਚ ਪੜ੍ਹ ਰਹੀ ਸੀਗੀ ਕਿ ਕੁਝ ਕਿਸਾਨ ਜਿਹੜੇ ਆ ਉਹਨਾਂ ਦੇ ਪੈਰ ਕਾਫੀ ਗੰਦੇ ਸੀਗੇ ਤੇ ਮੰਤਰੀ ਜੀ ਆਉਂਦੇ ਨੇ ਤੇ ਉਹ ਕਹਿੰਦੇ ਨੇ ਤੁਹਾਡੇ ਪੈਰ ਕਿਉਂ ਗੰਦੇ ਆ ਕਹਿੰਦੇ ਸਾਡੇ ਖੇਤਾਂ 'ਚ ਮਿੱਟੀ ਹੁੰਦੀ ਐ ਸੀ ਨੰਗੇ ਪੈਰੀ ਰਹੀਦਾ ਸਾਡੇ ਪੈਰ ਗੰਦੇ ਹੋ ਜਾਂਦੇ ਤਾਂ ਮੰਤਰੀ ਜੀ ਕਹਿੰਦੇ ਮੇਰੀ ਸਰਕਾਰ ਆ ਲਣ ਦੋ ਮੈਂ ਸਾਰੇ ਖੇਤ 'ਚ ਫਰਸ਼ ਲਵਾ ਦੂੰਗਾ ਬਹੁਤ ਫਰੀਆ ਐ ਇੰਨੀ ਸੋਹਣੀ ਸੋਚ ਕਿਤੋਂ ਮਿਲਦੀ ਐ ਸਾਨੂੰ ਸੋ ਹਾਲਾ ਕਿ ਅਖਬਾਰ ਦੇ ਵਿੱਚ ਇੱਕ ਚੁਟਕਲਾ ਆਇਆ ਹੋਇਆ ਸੀ ਔਰ ਮੈਨੂੰ ਇਦਾਂ ਲੱਗਾ ਗੱਲ ਤਾਂ ਸਹੀ ਕੀਤੀ ਐ ਇਦਾਂ ਦੇ ਵਾਦੇ ਹੁੰਦੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਸਹੀ ਹੈ ਠੀਕ ਐ ਸੋ ਪੈਰ ਤਾਂ ਗੰਦੇ ਹੋਣੇ ਨੇ ਤੁਸੀਂ ਦੇਖੋ ਨਾ ਕਈ ਕਵਿਤਾਵਾਂ 'ਚ ਲਿਖਿਆ ਗਿਆ ਨੇ ਕਿਸਾਨਾਂ ਬਾਰੇ ਇੱਕ ਥਾਂ ਤੇ ਉਹਨਾਂ ਨੂੰ ਕਿਹਾ ਗਿਆ ਹੈ ਖੇਤਾਂ ਦਾ ਸਾਧੂ ਉਹ ਵਾਕਈ ਸਾਧੂ ਹੈ ਸਾਰਿਆਂ ਵਾਸਤੇ ਸਭ ਕੁਝ ਕਰਦਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਤੇ ਪੈਰ ਲਿਬੜੇ ਹੋਏ ਨੇ ਕੀ ਉਹ ਤਾਂ ਸਾਰਾ ਜਿਸਮੇ ਮਿੱਟੀ ਨਾਲ ਲਿਬੜਿਆ ਹੁੰਦਾ ਹੈ ਤੇ ਦੇਖੋ ਉਸ ਬੰਦੇ ਦੇ ਲਈ ਅਸੀਂ ਆਪਣੇ ਦਿਲ ਦੇ ਵਿੱਚ ਜੇ ਅਸੀਂ ਸੰਵੇਦਨਸ਼ੀਲਤਾ ਨਹੀਂ ਰੱਖਦੇ ਕਿਸਾਨ ਦੇ ਲਈ ਤਾਂ ਫਿਰ ਅਸੀਂ ਇਨਸਾਨ ਹੋਣ ਦੇ ਯੋਗ ਨਹੀਂ ਹੈਗੇ ਜੀ ਬਿਲਕੁਲ ਔਰ ਬਸ ਇਹੀ ਉਡੀਕ ਰਹੇਗੀ ਹੁਣ ਕਿ ਕਦੋਂ ਗੁਰਨਾਮ ਸਿੰਘ ਚੜੂਨੀ ਹੋਣੀ ਆਪਣੀ ਪਾਰਟੀ ਦੇ ਨਾਮ ਦਾ ਐਲਾਨ ਕਰਦੇ ਨੇ ਔਰ ਸੀਟਾਂ ਦੀ ਵੰਡ ਹੁੰਦੀ ਹੈ ਕਿਉਂਕਿ ਮੈਂ ਬਹੁਤ ਇੰਟਰਸਟਿਡ ਹੋਊਂਗੀ ਉਹਨਾਂ ਦੀ ਪਾਰਟੀ ਅਸੀਂ ਸਾਰੇ ਆਉਂਦੀ ਹੈ ਸਾਰੇ ਇੰਟਰਸਟਿਡ ਹੋਵਾਂਗੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਹਨ ਬਿਲਕੁਲ ਜੀ ਇੱਕ ਨਵਾਂ ਰੂਪ ਦੇਖਣ ਨੂੰ ਮਿਲੇਗਾ ਅਸੀਂ ਵੀ ਚਾਹੁੰਦੇ ਹਾਂ ਇੱਕ ਨਵਾਂ ਰੂਪ ਦੇਖਣ ਨੂੰ ਮਿਲੇ ਉਹੀ ਪੁਰਾਣੀਆਂ ਗੱਲਾਂ ਉਹੀ ਪੁਰਾਣੇ ਚਿਹਰੇ ਉਹੀ ਪੁਰਾਣੇ ਵਾਅਦੇ ਉਹੀ ਪੁਰਾਣੀਆਂ ਪਾਰਟੀਆਂ ਉਹੀ ਪੁਰਾਣੇ ਟਰੈਕ ਉਹੀ ਪੁਰਾਣੇ ਟਰੈਪ ਟਰੈਪ ਮਤਲਬ ਕਿਦਾਂ ਪਬਲਿਕ ਨੂੰ ਚੱਕਰ ਫਰਮਾਉਣਾ ਪਰਮਾਉਣਾ ਕਿਵੇਂ ਹੈ ਸਾਰਾ ਕੁਝ ਉਹੀ ਪੁਰਾਣਾ ਚੱਲ ਰਿਹਾ 75 ਸਾਲ ਹੋ ਗਏ 75ਵਾਂ ਸਾਲ ਚੱਲਦਾ ਪਿਆ ਆਜ਼ਾਦੀ ਦਾ ਕੁਝ ਤਾਂ ਨਵਾਂ ਹੋਵੇ ਕੁਝ ਤਾਂ ਐਕਸਾਈਟਮੈਂਟ ਹੋਵੇ ਕੁਝ ਤਾਂ ਉਹ ਲੋਕ ਹੁਣ ਜੋ ਸਾਡੀ ਗੱਲ ਕਰਨ ਸਾਨੂੰ ਲੱਗੇ ਕਿ ਸਾਡੇ ਆਪਣੇ ਬੰਦੇ ਨੇ ਸਾਡੇ ਵਿੱਚੋਂ ਹੀ ਉੱਠ ਕੇ ਗਏ ਨੇ ਤੇ ਜਾ ਕੇ ਪਾਵਰਫੁੱਲ ਸੀਟਸ ਦੇ ਉੱਤੇ ਬੈਠੇ ਨੇ ਹੁਣ ਸਾਡੇ ਬਾਰੇ ਸੋਚਣਗੇ ਸਾਡੇ ਲਈ ਕੰਮ ਕਰਨਗੇ ਸਾਨੂੰ ਸਾਡੇ ਆਪਣੇ ਬੰਦੇ ਚਾਹੀਦੇ ਨੇ ਸੋ ਇਹ ਸਭ ਪੁਰਾਣੀਆਂ ਗੱਲਾਂ ਹੁਣ ਛੱਡ ਕੇ ਨਵੀਆਂ ਗੱਲਾਂ ਨਵਾਂ ਦੇਸ਼ ਨਵੀਂ ਸੋਚ ਨਵੇਂ ਵਿਚਾਰ ਯੰਗ ਜਨਰੇਸ਼ਨ ਹੈ ਨਾ ਉਹ ਨਵੇਂ ਨਵੇਂ ਗੱਲਾਂ ਲੈ ਕੇ ਆਵੇ ਤੇ ਨਵਾਂ ਰੂਪ ਪੰਜਾਬ ਦਾ ਸਾਹਮਣੇ ਆਵੇ ਸਾਡੇ ਨਿਊਜ਼ੀਲੈਂਡ ਵੱਲ ਜਾਣਿਆ ਨਿਊਜ਼ੀਲੈਂਡ ਤੋਂ ਖਬਰ ਹੈ ਸੰਜੀਪ ਜੀ ਕਿ ਇੱਛਾ ਮੌਤ ਦਾ ਕਾਨੂੰਨ ਪਾਸ ਹੋ ਗਿਆ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਹੜੀ ਮੌਤ ਹੈ ਉਹ ਲੈ ਸਕਦੇ ਹੋ ਪਰ ਉਹਦੇ ਲਈ ਕਾਫੀ ਮਤਲਬ ਕਿ ਲੰਬਾ ਚੌੜਾ ਜਿਹੜਾ ਉਹਨਾਂ ਨੇ ਕਾਨੂੰਨ ਤਿਆਰ ਕੀਤਾ ਹੈ ਕਿ ਸ਼ਰਤਾਂ ਰੱਖੀਆਂ ਨੇ ਕਿਸ ਤਹਿਤ ਲੈ ਸਕਦੇ ਹੋ ਕਿ ਕੋਈ ਇਦਾਂ ਦੀ ਬਿਮਾਰੀ ਜਿਹੜੀ 6 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਮਕਾਹ ਦੇਗੀ ਤੁਹਾਡਾ ਇਲਾਜ ਨਹੀਂ ਹੋਏਗਾ ਦੋ ਡਾਕਟਰਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਸੋ ਕਾਨੂੰਨ ਬਣਾ ਦਿੱਤਾ ਗਿਆ ਪਰ ਸ਼ਰਤਾਂ ਵੀ ਲਾ ਦਿੱਤੀਆਂ ਗਈਆਂ ਆਪਣੀ ਇੱਛਾ ਮੌਤ ਲੈਣ ਦੇ ਲਈ ਕਈ ਲੋਕ ਖੁਸ਼ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਨੂੰ ਇਦਾਂ ਦੀ ਬਿਮਾਰੀ ਸੀ ਅਸੀਂ ਟੜਫ-ਟੜਫ ਕੇ ਦੁਨੀਆ ਤੋਂ ਜਾਵਾਂਗੇ ਆਸਾਨੀ ਦੀ ਮੌਤ ਉਹਨਾਂ ਨੂੰ ਆ ਸਕਦੀ ਹੈ ਪਰ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਨੇ ਕੁਝ ਲੋਕ ਕਹਿ ਰਹੇ ਨੇ ਕਿ ਇਲਾਜ ਵੀ ਹੋ ਸਕਦਾ ਹੈ। ਹੂੰ। ਕੁਝ ਲੋਕ ਕਹਿ ਰਹੇ ਨੇ ਕਿ ਉਹਦੇ ਮਨੋਬਲ ਨੂੰ ਵਧਾਇਆ ਵੀ ਜਾ ਸਕਦਾ ਹੈ ਜੋ ਵੀ ਮਰੀਜ਼ ਹੈ। ਜੀਣਾ ਸ਼ਕਤੀ ਜੀਵਨ ਸ਼ਕਤੀ ਨੂੰ ਅਦਿੱਤੀ ਜਾ ਸਕਦੀ ਹੈ। ਉਹਨੂੰ ਕਾਉਂਸਲਿੰਗ ਕੀਤੀ ਜਾ ਸਕਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਅਸੀਂ ਸ਼ਾਸਤਰਾਂ ਦੇ ਵਿੱਚ ਦੇਖਦੇ ਹਾਂ ਇੱਕ ਪਾਤਰ ਆਉਂਦੇ ਨੇ ਮਹਾਭਾਰਤ ਦੇ ਵਿੱਚ ਭੀਸ਼ਮ ਪਿਤਾਵਾ ਜਿਨ੍ਹਾਂ ਨੂੰ ਇਹ ਵਰਦਾਨ ਮਿਲਿਆ ਹੋਇਆ ਸੀ ਇੱਛਾ ਮ੍ਰਿਤਯੂ ਦਾ। ਬਿਲਕੁਲ। ਠੀਕ ਹੈ ਨਾ ਜਦੋਂ ਤੱਕ ਤੁਹਾਡੀ ਇੱਛਾ ਨਹੀਂ ਤੁਹਾਡੀ ਮੌਤ ਨਹੀਂ ਹੋ ਸਕਦੀ ਜਦੋਂ ਤੁਹਾਡੀ ਇੱਛਾ ਹੋਏਗੀ ਤੁਹਾਡੀ ਮੌਤ ਹੋ ਸਕਦੀ ਹੈ ਉਹਨੂੰ ਅਸੀਂ ਵਰਦਾਨ ਦੇ ਨਾਲ ਜੋੜਦੇ ਹਾਂ ਤਪੱਸਿਆ ਨਾਲ ਜੋੜਦੇ ਹਾਂ ਪੁਰਾਤਨ ਕਹਾਣੀਆਂ ਨੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਹੈ ਕਿ ਤੁਸੀਂ ਜੇ ਆਪਣੇ ਸਰੀਰ ਦੇ ਉੱਤੇ ਦੁੱਖ ਭੋਗ ਰਹੇ ਹੋ ਦੁੱਖ ਤੁਹਾਡੀ ਸਹਿਣ ਸ਼ਕਤੀ ਤੋਂ ਬਾਹਰ ਹੋ ਚੁੱਕਾ ਹੈ ਤਾਂ ਤੁਸੀਂ ਇੱਛਾ ਮ੍ਰਿਤੂ ਦਾ ਇੱਕ ਆਪਸ਼ਨ ਲੈ ਸਕਦੇ ਹੋ ਕਾਨੂੰਨੀ ਤੌਰ ਤੇ ਉਹਨੂੰ ਮਾਨਤਾ ਪ੍ਰਾਪਤ ਹੋ ਗਈ ਹੈ ਪਰ ਜੇ ਅਸੀਂ ਭਾਰਤ ਦੀ ਸੋਚ ਦੇ ਮੁਤਾਬਿਕ ਦੇਖੀਏ ਸਾਡੀ ਜੋ ਧਾਰਮਿਕ ਸੋਚ ਹੈ ਅਸੀਂ ਸ਼ਾਇਦ ਕਦੇ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੀਆਂ ਸੋਚਾਂ ਅਲੱਗ ਨੇ ਉਹਨਾਂ ਦੀ ਕਲਚਰ ਅਲੱਗ ਹੈ ਉਹਨਾਂ ਦੀ ਸੋਚ ਸ਼ਕਤੀ ਅਲੱਗ ਹੈ ਸਾਡੀ ਸੋਚ ਸ਼ਕਤੀ ਅਲੱਗ ਹੈ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਤੋਂ ਅਸੀਂ ਆਪਣੇ ਵੱਡੇ-ਵਡੇਰਿਆਂ ਤੋਂ ਨਾਲੇ ਸਾਡੇ ਬਜ਼ੁਰਗ ਵੀ ਇਹ ਕਹਿੰਦੇ ਨੇ ਸਾਡੇ ਗੁਰੂਆਂ ਦੇ ਵੱਲੋਂ ਵੀ ਅਸੀਂ ਇਹ ਚੀਜ਼ਾਂ ਸੁਣਦੇ ਆਏ ਹਾਂ ਹਨਾ ਕਿ ਜਿੱਦਾਂ ਮੌਤ ਜਿਹੜੀ ਹੈ ਉਹ ਜਦੋਂ ਖੁਦਾ ਲੈ ਕੇ ਆਉਂਦਾ ਉਹੀ ਸਹੀ ਹੁੰਦੀ ਹੈ ਆਪਣੀ ਮਰਜ਼ੀ ਦੇ ਨਾਲ ਜਦੋਂ ਆਪਾਂ ਜੀਵਨ ਖਤਮ ਕਰਦੇ ਹਾਂ ਜੋ ਸਾਡਾ ਇੰਡੀਅਨ ਕਲਚਰ ਕਹਿੰਦਾ ਆ ਕਿ ਉਸ ਤੋਂ ਬਾਅਦ ਮੁਕਤੀ ਨਹੀਂ ਹੁੰਦੀ। ਮਤਲਬ ਇਹ ਹੈ ਇੱਛਾ ਮ੍ਰਿਤੂ ਦਾ ਮਤਲਬ ਆਤਮ ਹੱਤਿਆ ਹੀ ਹੈ ਨਾ। ਹੂੰ ਹੈ ਤਾਂ ਆਤਮ ਹੱਤਿਆ ਤੁਸੀਂ ਉਹਦਾ ਇੱਕ ਤਰੀਕਾ ਬਦਲ ਲਿਆ ਜਾਂ ਉਹਦਾ ਇੱਕ ਨਾਂ ਬਦਲ ਦਿੱਤਾ। ਹੂੰ ਠੀਕ ਹੈ ਨਾ ਪਰ ਉਹ ਆਤਮ ਹੱਤਿਆ ਹੈ। ਜਿਾਕਿ ਸਾਡੇ ਇੱਥੇ ਕਲਚਰ ਦੇ ਵਿੱਚ ਸਾਡੇ ਸੱਭਿਆਚਾਰ ਦੇ ਵਿੱਚ ਉਹਦੀ ਬਿਲਕੁਲ ਇਜਾਜ਼ਤ ਨਹੀਂ ਦਿੰਦੇ ਕਿ ਜਨਮ ਤੇ ਮੌਤ ਦੋਨੋਂ ਪਰਮਾਤਮਾ ਦੇ ਹੱਥ ਹੈ। ਤਾਂ ਸਾਡੀ ਸੋਚ ਦੇ ਮੁਤਾਬਿਕ ਇਹ ਹੈ ਕਿ ਉਸ ਨੂੰ ਜੇ ਕੋਈ ਬਿਮਾਰੀ ਵੀ ਹੈ ਤਾਂ ਉਹਦੇ ਨਾਲ ਸਾਰੇ ਜਾਨੇ ਖੜੇ ਰਹੋ। ਹੂੰ ਤਾਂ ਕਿ ਉਹਦਾ ਹੌਸਲਾ ਵੀ ਬਣਿਆ ਰਹੇ। ਤੇ ਇਸ ਤਰ੍ਹਾਂ ਦੇ ਹਿੱਲੇ ਕਰੋ ਕਿ ਉਹਦੀ ਜੋ ਮੌਤ ਹੈ ਦਰਦਨਾਕ ਨਾ ਹੋਵੇ ਅਸੀਂ ਅਰਦਾਸ ਦੇ ਉੱਤੇ ਬਹੁਤ ਜ਼ੋਰ ਦਿੰਦੇ ਆਂ ਪਾਠ ਦੇ ਉੱਤੇ ਬਹੁਤ ਜ਼ੋਰ ਦਿੰਦੇ ਆਂ ਤੇ ਸਾਡਾ ਪੂਰਾ ਵਿਸ਼ਵਾਸ ਹੈ ਕਿ ਪਰਮਾਤਮਾ ਇੱਕ ਉਹ ਤਾਕਤ ਹੈ ਜੋ ਹਰੇਕ ਦੇ ਨਾਲ ਖੜੀ ਹੈ ਤੇ ਹਰੇਕ ਨੂੰ ਸੁੱਖ ਵੀ ਦਿੰਦੀ ਹੈ ਤੇ ਜਿੱਥੇ ਕੋਈ ਤਕਲੀਫ ਹੈ ਉਹਦੀ ਮਦਦ ਵੀ ਕਰਦੀ ਹੈ ਬਿਲਕੁਲ ਔਰ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਡਾਕਟਰਸ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਇਨਸਾਨ ਨੂੰ ਹੌਸਲਾ ਦੇ ਕੇ ਬਚਾ ਸਕਦੇ ਆ ਤੇ ਜ਼ਰੂਰੀ ਨਹੀਂ ਕਿ ਜੇ ਉਹਨੂੰ ਇਦਾਂ ਦੀ 6 ਮਹੀਨੇ ਤੱਕ ਬਚਣ ਵਾਲੀ ਬਿਮਾਰੀ ਆ ਉਹ ਨਹੀਂ ਬਚੇਗਾ ਹੋ ਸਕਦਾ ਹੈ ਕਿ ਉਹ ਲੰਬਾ ਸਮਾਂ ਠੀਕ ਹੋ ਜਵੇ ਹੋ ਸਕਦਾ ਹੈ ਕਿ ਉਸ ਦੀ ਬਿਮਾਰੀ ਠੀਕ ਹੋ ਜਵੇ ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਬਿਮਾਰੀ ਦਾ ਇਲਾਜ ਕਰਦੇ ਹੋ ਤੁਸੀਂ ਜਿੱਤ ਵੀ ਸਕਦੇ ਹੋ ਤੁਸੀਂ ਹਾਰ ਵੀ ਸਕਦੇ ਹੋ ਇਨਸਾਨ ਜਾ ਵੀ ਸਕਦਾ ਹੈ ਇਨਸਾਨ ਬਚ ਵੀ ਸਕਦਾ ਹੈ ਪਰ ਜਦੋਂ ਤੁਸੀਂ ਕਿਸੇ ਇਨਸਾਨ ਦਾ ਇਲਾਜ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਜਿੱਤਦੇ ਹੋ ਹੋ ਸਕਦਾ ਉਹ ਇਨਸਾਨ ਚਲਾ ਜਾਏ ਬਤ ਤੁਸੀਂ ਤਾਂ ਇਲਾਜ ਕਰ ਰਹੇ ਹੋ ਉਸ ਇਨਸਾਨ ਦੀ ਮਾਨਸਿਕਤਾ ਦਾ ਇਲਾਜ ਕਰ ਰਹੇ ਹੋ ਉਸ ਇਨਸਾਨ ਦੀ ਅੰਤਰਾਤਮਾ ਦਾ ਇਲਾਜ ਕਰ ਰਹੇ ਹੋ ਉਹਦੇ ਨਾਲ ਤੁਸੀਂ ਖੜੇ ਹੋ ਮਿੱਤਰ ਬਣ ਕੇ ਤਾਂ ਉਹ ਹਮੇਸ਼ਾ ਖੁਸ਼ ਰਹੇਗਾ ਜੇ ਤਾਂ ਸੰਸਾਰ ਤੋਂ ਜਾਏਗਾ ਵੀ ਤਾਂ ਖੁਸ਼ੀ-ਖੁਸ਼ੀ ਜਾਏਗਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਮਹਿਸੂਸ ਨਹੀਂ ਹੋਏਗੀ ਅਗਲੀ ਖਬਰ ਪੰਜਾਬ ਤੋਂ ਹੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائش ਵੱਲ ਵਿਰੋਧ ਕਰਨ ਜਾ ਰਹੇ ਅਧਿਆਪਕਾਂ ਤੇ ਇੱਕ ਵਾਰੀ ਫਿਰ ਤੋਂ ਲਾਠੀ ਚਾਰਜ ਹੋਇਆ ਹੈ ਕਾਫੀ ਟਾਈਮ ਤੋਂ ਜਿਹੜੇ ਅਧਿਆਪਕ ਨੇ ਆਪਣੀਆਂ ਮੰਗਾਂ ਦੇ ਲਈ ਦਰਦ-ਦਰ ਪਟਕ ਰਹੇ ਨੇ ਜਲੰਧਰ ਦੀਆਂ ਟੰਕੀਆਂ ਦੇ ਉੱਤੇ ਵੀ ਕੁਝ ਅਧਿਆਪਕ ਪਿਛਲੇ ਕਈ ਟਾਈਮ ਤੋਂ ਚੜੇ ਹੋਏ ਨੇ ਤੇ ਹੁਣ ਪ੍ਰਗਟ ਸਿੰਘ ਦੇ ਘਰ ਦਾ ਘਰਾਓ ਕੀਤਾ ਗਿਆ ਸੀ ਦੀਵਾਲੀ ਵਾਲੀ ਰਾਤ ਨੂੰ ਪ੍ਰਗਟ ਸਿੰਘ ਹੁਣੀ ਉਸ ਦਿਨ ਤਾਂ ਬਾਹਰ ਆ ਕੇ ਬੈਠ ਗਏ ਕਿ ਜੇ ਮੇਰੇ ਬੱਚੇ ਬਾਰ ਬੈਠੇ ਨੇ ਮੈਂ ਦੀਵਾਲੀ ਮਨਾਉਂਦਾ ਨਹੀਂ ਚੰਗਾ ਲੱਗਦਾ ਪਰ ਹੁਣ ਪ੍ਰਗਟ ਸਿੰਘ ਹੋਣਾ ਦੇ ਘਰ ਨੂੰ ਵੀ ਜਿਹੜੇ ਰਾਹ ਜਾਂਦੇ ਨੇ ਉਹ ਵੀ ਬੰਦ ਕਰ ਦਿੱਤੇ ਗਏ ਸੀ ਕੱਲ ਦਾ ਦਿਨ ਕਿ ਅਧਿਆਪਕ ਜਿਹੜੇ ਆ ਨਾ ਪਹੁੰਚ ਜਾਣ ਇੱਕ ਪਾਸੇ ਤਾਂ ਤੁਸੀਂ ਕੋਲ ਬੈੰਨੇ ਹੋ ਜਿੱਦਣ ਦੀਵਾਲੀ ਆ ਲੋਕਾਂ ਨੂੰ ਦਿਖਾਉਣ ਦੇ ਲਈ ਫਿਰ ਤੁਸੀਂ ਆਪਣੇ ਰਾਹ ਬੰਦ ਕਰ ਦਿੰਦੇ ਹੋ ਸੋ ਹੁਣ ਮੁੱਖ ਮੰਤਰੀ ਹੋਣਾ ਦੇ ਘਰ ਪਹੁੰਚਦੇ ਆ ਵੀ ਗਰੀਬਾਂ ਦੇ ਮੁੱਖ ਮੰਤਰੀ ਹੈ ਗਰੀਬਾਂ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਵਿਚਾਰੇ ਪੜੇ ਲਿਖੇ ਬੱਚਿਆਂ ਤੇ ਲਾਠੀ ਚਾਰਜ ਹੋ ਰਿਆ ਦੇਖੋ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਕਿ ਅਸੀਂ ਕਿਤੇ ਵੀ ਅੰਦੋਲਨ ਕਰ ਸਕਦੇ ਹਾਂ ਦਰਸ਼ਨ ਕਰ ਸਕਦੀਆਂ ਪਰ ਕਹਿੰਦੇ ਨੇ ਕਿ ਜਿਹੜਾ ਲਾਠੀ ਚਾਰਜ ਹੈ ਬੈਰੀਕੇਡ ਤੋੜਨ ਤੋਂ ਬਾਅਦ ਹੋਇਆ ਕੁਝ ਵੀ ਹੈ ਅਧਿਆਪਕ ਨੇ ਹਮਮ ਔਰ ਅਸੀਂ ਦੇਖਦੇ ਹਾਂ ਗੁਰੂ ਸਮਾਜ ਦਾ ਨਿਰਮਾਤਾ ਗੁਰੂ ਸ਼ਿਸ਼ੇ ਦੀ ਪਰੰਪਰਾ ਹੈ ਹਮ ਗੁਰੂ ਮਤਲਬ ਜੋ ਹਨੇਰੇ ਤੋਂ ਉਜਾਲੇ ਵੱਲ ਰੋਸ਼ਨੀ ਵੱਲ ਲੈ ਕੇ ਜਾਂਦਾ ਹੈ ਔਰ ਸਾਡੇ ਸੱਭਿਆਚਾਰ ਦੇ ਵਿੱਚ ਗੁਰੂ ਦਾ ਕਿੰਨਾ ਮਹੱਤਵ ਹੈ ਕਿ ਦਾ ਸਥਾਨ ਹੈ ਔਰ ਉਸੇ ਗੁਰੂ ਨੂੰ ਤੁਸੀਂ ਡਾਂਗਾ ਮਾਰਦੇ ਪਏ ਹੋ ਲਾਠੀ ਚਾਰਜ ਕਰਦੇ ਪਏ ਹੋ ਬੈਰੀਕੇਡ ਤੋੜ ਦਿੱਤਾ ਚਲੋ ਕੁਝ ਵੀ ਗੱਲ ਹੋਈ ਪਰ ਇਹ ਡਾਂਗਾ ਮਾਰਨੀ ਇਹ ਸਭ ਕੁਝ ਉਹ ਵੀ ਅਧਿਆਪਕ ਦੇ ਉੱਤੇ ਤੇ ਜਿੰਨਾ ਪੁਲਿਸ ਕਰਮੀਆਂ ਨੇ ਉਹ ਡਾਂਗਾ ਮਾਰੀਆਂ ਨੇ ਉਹ ਵੀ ਕਿਸੇ ਅਧਿਆਪਕ ਤੋਂ ਪੜੇ ਹੋਏ ਨੇ ਜਿਨ੍ਹਾਂ ਨੇ ਆਰਡਰਸ ਦਿੱਤੇ ਨੇ ਉਹ ਵੀ ਕਿਸੇ ਅਧਿਆਪਕ ਤੋਂ ਪੜੇ ਹੋਏ ਨੇ ਤੇ ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਤੇ ਬਾਕੀ ਮੰਤਰੀ ਸਾਹਿਬ ਨੇ ਉਹ ਵੀ ਕਿਸੇ ਨਾ ਕਿਸੇ ਅਧਿਆਪਕ ਤੋਂ ਪੜੇ ਹੋਏ ਨੇ ਸੋ ਇਹ ਅਧਿਆਪਕ ਦੀ ਕਦਰ ਹੈ ਤੁਸੀਂ ਠੀਕ ਕਿਹਾ ਸਮਾਜ ਦਾ ਨਿਰਮਾਤਾ ਡਾਂਗਾ ਖਾਂਦਾ ਪਏ ਸੋ ਇਹ ਚੀਜ਼ਾਂ ਕੁਈ ਚੰਗੀਆਂ ਤਾਂ ਨਹੀਂ ਲੱਗਦੀਆਂ ਕਿ ਅਧਿਆਪਕ ਦੇ ਉੱਤੇ ਬਲਕਿ ਕਿਸੇ ਦੇ ਉੱਤੇ ਵੀ ਡਾਂਗਾ ਕਿਉਂ ਮਾਰਨੀ ਹੈ ਇਹ ਤੇ ਬ੍ਰਿਟਿਸ਼ ਰਾਜ ਦੇ ਵਿੱਚ ਹੁੰਦਾ ਸੀ ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਉਦੋਂ ਸਾਨੂੰ ਡਾਂਗਾ ਪੈਂਦੀਆਂ ਹੁੰਦੀਆਂ ਸੀ ਤੇ ਆਪਣੇ ਰਾਜ ਦੇ ਵਿੱਚ ਵੀ ਜੇ ਅਸੀਂ ਡਾਂਗਾ ਹੀ ਖਾਣੀਆਂ ਨੇ ਤੇ ਕਾਹਦੀ ਆਜ਼ਾਦੀ ਲਿੱਤੀ ਐ ਅਸੀਂ ਡਾਂਗਾ ਖਾਣ ਨੂੰ ਆਜ਼ਾਦੀ ਲਿੱਤੀ ਐ ਉਹ ਤਾਂ ਚਲੋ ਬੇਗਾਨੇ ਸੀ ਸਾਨੂੰ ਮਾਰਦੇ ਸੀ ਇਹ ਤਾਂ ਆਪਣੇ ਨੇ ਆਪਣੇ ਸਾਡੇ ਉੱਤੇ ਡਾਂਗਾ ਮਾਰਦੇ ਨੇ ਤੇ ਦੱਸੋ ਕੀ ਖਟਿਆ ਸੀ ਜਾਨਾਂ ਦੇ ਕੇ ਭਗਤ ਸਿੰਘ ਨੇ ਕੀ ਖਟਿਆ ਜਾਨ ਗਵਾ ਕੇ ਉਹ ਤਾਂ ਫਿਰ ਜਾਨ ਗਵਾਉਣ ਵਾਲੀ ਗੱਲ ਹੋ ਗਈ ਨਾ ਕਿ ਜੇ ਉਹਦੇ ਆਉਣ ਵਾਲੇ ਬੱਚੇ ਅਸੀਂ ਬੱਚੇ ਹੀ ਆ ਇੱਕ ਤਰ੍ਹਾਂ ਦਾ ਭਗਤ ਸਿੰਘ ਦੇ ਬਾਕੀ ਸਾਰੇ ਜੋ ਸ਼ਹੀਦ ਹੋਏ ਨੇ ਉਹਨਾਂ ਦੇ ਬੱਚੇ ਹੀ ਆ ਸੀ ਉਹਨਾਂ ਨੇ ਕੀ ਖਟਿਆ ਕਿ ਉਹਨਾਂ ਦੇ ਬੱਚੇ ਅੱਗੇ ਡਾਂਗਾ ਖਾਂਦੇ ਪਏ ਨੇ ਤੇ ਡਾਂਗਾ ਮਾਰਨ ਵਾਲੇ ਵੀ ਉਹਨਾਂ ਦੇ ਬੱਚੇ ਆ ਦੇਸ਼ ਦਾ ਰੂਪ ਹੈ ਇਸ ਕਰਕੇ ਇਹ ਦਰਦਨਾਕ ਗੱਲ ਤੇ ਹੈ ਖਾਸ ਕਰਕੇ ਜਦੋਂ ਅਧਿਆਪਕਾਂ ਨੇ ਉੱਤੇ ਡਾਂਗਾ ਪੈਂਦੀਆਂ ਨੇ ਇਹ ਤੇ ਬਹੁਤ ਜ਼ਿਆਦਾ ਦਰਦਨਾਕ ਹੋ ਜਾਂਦੀ ਹੈ। ਵਾਕਈ ਦਰਦਨਾਕ ਹੈ ਚਰਨਜੀਤ ਸਿੰਘ ਚੰਨੀ ਹੋਣੀ ਬਹੁਤ ਸ਼ਾਇ ਹੋਏ ਨੇ ਅੱਜਕੱਲ ਮੀਡੀਆ ਦੇ ਵਿੱਚ ਕਿਤੇ ਵੀ ਜਾ ਕੇ ਰੁਕ ਜਾਂਦੇ ਨੇ ਮਿਲ ਜਾਂਦੇ ਨੇ ਪਰ ਕਈ ਖਬਰਾਂ ਇਦਾਂ ਦੀਆਂ ਸਾਹਮਣੇ ਆਈਆਂ ਨੇ ਕਈ ਲੋਕਾਂ ਦੇ ਕੋਲੋਂ ਫੀਡਬੈਕ ਮਿਲਿਆ ਕਿ ਜਿਹੜੇ ਚੰਡੇਗੜ ਉਹਨਾਂ ਨੂੰ ਮਿਲਣ ਜਾਂਦੇ ਨੇ ਤੇ ਚੰਨੀ ਸਾਹਿਬ ਨੀਮੀ ਪਾ ਕੇ ਦੂਰੋਂ ਸਾਸਰੇ ਘਰ ਬੁਲਾ ਕੇ ਆਪਣੇ ਘਰੋਂ ਬਾਹਰ ਚਲੇ ਜਾਂਦੇ ਨੇ। ਕਰੇ ਬੈਠੇ ਹੋਏ ਲੋਕਾਂ ਨੂੰ ਵੀ ਉਹ ਚੰਗੀ ਤਰ੍ਹਾਂ ਨਹੀਂ ਮਿਲਦੇ ਤੇ ਜੇ ਕਿਤੇ ਵੀ ਆਉਂਦੇ ਨੇ ਤਾਂ ਦੂਰੋ ਸਾਸਰੀ ਕਾਲ ਬਲਾ ਕੇ ਚਲੇ ਜਾਂਦੇ ਨੇ ਮੈਨੂੰ ਲੱਗਦਾ ਹੈ ਕਿ মিডিਆ ਲਵਰ ਬਣ ਰਹੇ ਨੇ ਹੌਲੀ ਹੌਲੀ ਕਿ ਜੋ মিডিਆ ਵਿੱਚ ਦਿਖ ਰਿਹਾ ਸ਼ਾਇਦ ਅਸੀਂ ਉਹਨਾਂ ਦੇ ਹੀ ਆ ਸੋ ਜੇ ਗਰੀਬਾਂ ਦੀ ਸਰਕਾਰ ਆਈ ਹੈ ਤੇ ਜਿਹੜੇ ਤੁਹਾਡੇ ਘਰਾਂ ਦੇ ਬਾਹਰ ਉਡੀਕ ਰਹਿਣੇ ਤੁਹਾਨੂੰ ਮਿਲਣ ਦੇ ਲਈ ਉਹਨਾਂ ਨੂੰ ਜ਼ਰੂਰ ਮਿਲੋ ਪਰ ਫਿਲਹਾਲ ਸਾਡਾ ਸਮਾਂ ਇੱਥੇ ਖਤਮ ਹੋ ਰਿਹਾ ਹੈ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਨੂੰ ਮੁਕਾਉਣ ਦਾ ਮੈਨੂੰ ਬਰਨ ਕੌਰ ਮਾਨ ਨੂੰ ਤੇ ਮੈਨੂੰ ਸੰਜੀਵ ਯਸ਼ਖੰਡਾ ਨੂੰ ਦੇ ਦੇਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ